ਬਾਪੂ ਜੀ ਜਿਹੜੇ ਨੌਜਵਾਨ ਖਾੜਕੂ ਲਹਿਰ ਦੇ ਵਿੱਚ ਕੁੱਦੇ ਸਨ ਉਹਨਾਂ ਦੀ ਮੰਗ ਕੀ ਸੀ, ਉਹਨਾਂ ਦਾ ਮਕਸਦ ਕੀ ਸੀ, ਉਹਨਾਂ ਦਾ ਆਸ਼ਾ ਕੀ ਸੀ, ਕਿਸ ਚੀਜ਼ ਨੂੰ ਪ੍ਰਾਪਤ ਕਰਨਾ ਚਾਹੁੰਦੇ ਸੀ? ਉਹ ਇਹ ਲਹਿਰ ਜਿਹੜੀ ਸੀ ਜੋਸ਼ ਵਿੱਚ ਤਾਂ ਉੱਠੀ, ਲੇਕਿਨ ਇਹਨੂੰ ਹੋਸ਼ ਨਾਲ ਸੰਭਾਲਿਆ ਨਹੀਂ। ਖਾਲਿਸਤਾਨ ਹੁਣ ਵੀ ਬਣ ਜਾਂਦਾ ਹੈ ਤੇ ਇਹਦੀ ਅਗਵਾਈ ਕੌਣ ਕਰੇਗਾ? ਤੁਸੀਂ ਐਵੇਂ ਕਿਵੇਂ ਹਵਾਈ 'ਚ ਗੱਲਾਂ ਕਰਦੇ ਹੋ? ਕੋਈ ਆਸਾਰ ਦੱਸੋ ਕਿ ਕਿਸ ਢੰਗ ਨਾਲ ਇਹ ਬਣ ਸਕਦਾ। ਤੇ ਜਿਹੜੇ ਉੱਚੀ ਉੱਚੀ ਕਹਿੰਦੇ ਖਾਲਿਸਤਾਨ ਜਿੰਦਾਬਾਦ, ਉਹ ਕੌਣ ਨੇ? ਉਹ ਰੋਟੀਆਂ ਖਾਣ ਵਾਲੇ ਬੰਦੇ ਨੇ। ਜਿਸ ਰੂਹ ਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਪੜ੍ਹਿਆ, ਬੜਾ ਕੁਝ ਦੀਆਂ ਲਿਖਤਾਂ ਦੇ ਵਿੱਚੋਂ ਮਿਲਿਆ, ਬੜੇ ਅਰਥ ਹੁਣ ਕੀਤੇ, ਬੜੀ ਸਮਝ ਉਦੋਂ ਪੈ ਗਈ। ਹੱਥ ਵਿੱਚ ਕਲਮ ਫੜ ਕੇ ਕਾਗਜ਼ ਕਾਲਾ ਤਾਂ ਹਰ ਕੋਈ ਕਰ ਦਿੰਦਾ ਹੈ, ਪਰ ਹੱਥ ਵਿੱਚ ਕਲਮ ਫੜ ਕੇ ਕਾਗਜ਼ ਦੀ ਹਿੱਕ ਦੇ ਉੱਪਰ ਇਤਿਹਾਸ ਲਿਖ ਦੇਣਾ, ਇਹ ਮਰਦਾਂ ਦਾ ਕੰਮ ਹੁੰਦਾ ਹੈ, ਕੋਈ ਕੋਈ ਕਰ ਸਕਦਾ ਹੈ। ਰੂਹ ਨੇ ਕਿਹਾ, ਮਿਲ ਕੇ ਆਵਾਂ, ਕਿਤੇ ਐਸਾ ਨਾ ਹੋਵੇ ਕਿ ਜਿਹਦੀਆਂ ਲਿਖਤਾਂ ਪੜ੍ਹਦੇ ਸਾਂ ਸਾਡੇ ਜਾਣ ਤੋਂ ਪਹਿਲਾਂ ਉਹ ਆਪਣੇ ਸਰੀਰ ਦੇ ਵਿੱਚੋਂ ਰੂਹ ਦੀ ਉਡਾਰੀ ਮਾਰ ਜਾਵੇ। ਮੇਰੇ ਕਹਿਣ ਤੋਂ ਭਾਵ ਬਾਪੂ ਜਸਵੰਤ ਸਿੰਘ ਕੰਵਲ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮਖੂ ਤਹਿ ਦਿਲ ਤੋਂ ਸਵਾਗਤ ਕਰਦਾ ਹਾਂ। ਦਰਸ਼ਕੋ, ਜਿਵੇਂ ਤੁਹਾਨੂੰ ਪਿਛਲੀ ਵਾਰ ਮੈਂ ਦੱਸਿਆ ਸੀ ਕਿ ਬਾਪੂ ਜਸਵੰਤ ਸਿੰਘ ਕੰਵਲ ਜੀ ਦੇ ਘਰ ਦੇ ਵਿੱਚ ਮੈਂ ਆਇਆ ਹੋਇਆ ਹਾਂ, ਜਿਨ੍ਹਾਂ ਨੇ 70 ਕਿਤਾਬਾਂ ਹੁਣ ਤੱਕ ਲਿਖੀਆਂ ਨੇ। 98 ਸਾਲ ਦੀ ਉਮਰ ਹੈ ਅਤੇ 1943 ਦੇ ਅੰਦਰ ਪਹਿਲੀ ਕਿਤਾਬ ਲਿਖੀ ਸੀ। ਜਦੋਂ ਜਦੋਂ ਕੌਮ ਦੇ ਅੰਦਰ ਕੋਈ ਨਾ ਕੋਈ ਹਾਦਸਾ ਵਾਪਰਿਆ ਤਾਂ ਇਹਨਾਂ ਦੀ ਕਲਮ ਰੁਕੀ ਨਹੀਂ, ਇਹਨਾਂ ਦੀ ਕਲਮ ਨੇ ਉਸ ਸੱਚ ਨੂੰ ਬਿਆਨਣ ਦਾ ਯਤਨ ਕੀਤਾ ਹੈ। ਅੱਜ ਮੈਂ ਪਿੰਡ ਢੁੱਡੀ ਕੇ ਜ਼ਿਲ੍ਹਾ ਮੋਗਾ ਬਾਪੂ ਜਸਵੰਤ ਸਿੰਘ ਕੰਵਲ ਦੇ ਘਰ ਦੇ ਵਿੱਚ ਪਹੁੰਚਿਆ ਵਾਂ ਅਤੇ ਅਕਾਲ ਚੈਨਲ ਵੱਲੋਂ ਅਸੀਂ ਇਹ ਯਤਨ ਕਰਦੇ ਹਾਂ ਕਿ ਇਸ ਬਜ਼ੁਰਗ ਬਾਪੂ ਦੀ ਯਾਦਾਸ਼ਤ ਭਾਵੇਂ ਹੁਣ ਕਮਜ਼ੋਰ ਹੋ ਚੁੱਕੀ ਹੈ, ਸੁਣਦਾ ਥੋੜ੍ਹਾ ਜਿਹਾ ਉੱਚਾ ਹੈ, ਪਰ ਫਿਰ ਵੀ ਬੜਾ ਐਸਾ ਸੱਚ ਹੈ ਜਿਹਦੇ ਤੋਂ ਪਰਦਾ ਬਾਪੂ ਜਸਵੰਤ ਸਿੰਘ ਕੰਵਲ ਹੀ ਚੁੱਕ ਸਕਦੇ ਨੇ। ਸ਼ਾਇਦ ਇਹਨਾਂ ਸਮਿਆਂ ਦੇ ਵਿੱਚ ਪੈਦਾਇਸ਼ ਵਾਲਾ ਜਾਂ ਇੰਝ ਕਹਿ ਲਈਏ ਕੋਈ ਨੌਜਵਾਨ ਉਹ ਸੱਚ ਤੋਂ ਪਰਦਾ ਨਹੀਂ ਚੁੱਕ ਸਕਦਾ, ਕਿਉਂਕਿ ਇਹਨਾਂ ਨੇ ਜੋ ਅੱਖੀਂ ਵੇਖਿਆ ਅਸੀਂ ਉਹ ਚੀਜ਼ਾਂ ਕਿਤਾਬਾਂ ਦੇ ਵਿੱਚੋਂ ਪੜ੍ਹੀਆਂ ਨੇ। ਇਹਨਾਂ ਨੂੰ ਪਤਾ ਹੈ ਕਿ ਉਸ ਵੇਲੇ ਕੌਮ ਦੇ ਵਿੱਚ ਗੱਦਾਰੀ ਕਿਹਨਾਂ ਨੇ ਕੀਤੀ ਹੈ ਅਤੇ ਵਫ਼ਾਦਾਰ ਕੌਣ ਸਨ। ਆਓ ਬਾਪੂ ਜੀ ਦੇ ਕੋਲ ਜਾਣਨ ਦਾ ਯਤਨ ਕਰੀਏ। ਖਾਸ ਕਰਕੇ ਅੱਜ ਦਾ ਆਪਣਾ ਜਿਹੜਾ ਧਿਆਨ ਹੈ ਉਹ ਜੂਨ 1984 ਖਾੜਕੂ ਲਹਿਰ ਵੱਲ ਹੀ ਹੋਵੇਗਾ, ਤਾਂ ਕਿ ਅਸੀਂ ਦੁਨੀਆਂ ਨੂੰ ਦੱਸ ਸਕੀਏ ਕਿ ਖਾੜਕੂ ਲਹਿਰ ਦੀ ਅਸਲ ਦੇ ਵਿੱਚ ਮੰਗ ਕੀ ਸੀ। ਇਹ ਜਿਹੜੇ ਬੱਚੇ ਘਰਾਂ ਦੇ ਵਿੱਚੋਂ ਤੁਰਦੇ ਸਨ ਅਤੇ ਬਾਬਾ ਜਰਨੈਲ ਸਿੰਘ ਦੇ ਪ੍ਰਚਾਰ ਤੋਂ ਪ੍ਰਭਾਵਕ ਹੋ ਕੇ ਖੰਡੇ ਬਾਟ ਦੀ ਪਹੁਲ ਲੈਂਦੇ ਸੀ, ਮਰ ਮਿਟਣ ਨੂੰ ਤਿਆਰ ਹੋ ਜਾਂਦੇ ਸੀ, ਸ਼ਹਾਦਤਾਂ ਪਾਉਂਦੇ ਸਨ, ਇਹਨਾਂ ਦੀ ਅਸਲ ਦੇ ਵਿੱਚ ਮੰਗ ਕੀ ਸੀ, ਆਸ਼ਾ ਕੀ ਸੀ ਇਹਨਾਂ ਦਾ? ਆਓ ਬਾਪੂ ਜੀ ਦੇ ਕੋਲ ਜਾਣਨ ਦਾ ਯਤਨ ਕਰੀਏ। ਬਾਪੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ, ਜਿਹੜੇ ਨੌਜਵਾਨ ਖਾੜਕੂ ਲਹਿਰ ਦੇ ਵਿੱਚ ਕੁੱਦੇ ਸਨ ਉਹਨਾਂ ਦੀ ਮੰਗ ਕੀ ਸੀ, ਉਹਨਾਂ ਦਾ ਮਕਸਦ ਕੀ ਸੀ, ਉਹਨਾਂ ਦਾ ਆਸ਼ਾ ਕੀ ਸੀ, ਕਿਸ ਚੀਜ਼ ਨੂੰ ਪ੍ਰਾਪਤ ਕਰਨਾ ਚਾਹੁੰਦੇ ਸੀ ਉਹ? ਮੈਂ ਉਹਨਾਂ ਚੋਂ ਦੋ ਕੁ ਬੰਦਿਆਂ ਨੂੰ ਹੀ ਮਿਲ ਸਕਿਆ, ਸਾਰਿਆਂ ਨੂੰ ਨਹੀਂ ਮਿਲ ਸਕਿਆ। ਉਹਨਾਂ 'ਚ ਸਿੱਖੀ ਜਜ਼ਬਾ ਸੀ, ਲੇਕਿਨ ਸਿੱਖੀ ਜਜ਼ਬੇ ਨੂੰ ਕਿਵੇਂ ਉੱਚਾ ਕਰਨਾ ਹੈ ਇਹ ਅਕਲ ਨਹੀਂ ਸੀ। ਇਸ ਲਈ ਉਹ ਦੁਬਦਾ 'ਚ ਹੀ ਪਏ ਰਹੇ ਅਤੇ ਲੜਦੇ ਰਹੇ। ਲੜਨਾ ਜਿਹੜਾ ਇਹ ਸਿੱਖੀ ਦੀ ਰਵਾਇਤ 'ਚ ਆਇਆ, ਲੇਕਿਨ ਇਹ ਜਿੰਨੀ ਵੀ ਲੜਾਈ ਹੋਈ ਹੈ ਇਹ ਜੋਸ਼ ਰਹਿਤ ਜੋਸ਼ ਨਾਲ ਹੋਈ ਹੈ, ਅਤੇ ਦੂਰ ਦੀ ਸਿਆਣਪ ਜਿਹੜੀ ਸੀ ਉਹਨੂੰ ਇਹਨਾਂ ਨੇ ਧੱਕ ਕੇ ਪਾਸੇ ਰੱਖਿਆ। ਇਸ ਕਰਕੇ ਜਿੰਨਾ ਚਿਰ ਦੋਵੇਂ ਚੀਜ਼ਾਂ ਇਹ ਜੋਸ਼ ਅਤੇ ਅਕਲ ਇਹ ਰਲ ਕੇ ਨਹੀਂ ਚੱਲਦੇ ਉਨਾ ਚਿਰ ਕਾਮਯਾਬੀ ਨਹੀਂ ਮਿਲਦੀ, ਔਰ ਉਸ ਕਾਮਯਾਬੀ ਕੋਲੋਂ ਇਹ ਰੁਕੇ ਰਹੇ। ਫਿਰ ਇਹਨਾਂ ਵਿੱਚ ਬਾਹਰਲੇ ਜਿਹੜੇ ਬੰਦੇ ਸੀ, ਜਿਹੜੇ ਲੁਟੇਰੇ ਟਾਈਪ ਬੰਦੇ ਸੀ, ਉਹ ਵੀ ਨਾਲ ਰਲਣੇ ਸ਼ੁਰੂ ਹੋ ਗਏ। ਉਹਨਾਂ ਨੇ ਰਲ ਕੇ ਇਸ
ਠੀਕ ਤੁਰਦੀ ਲਾਈਨ ਨੂੰ ਗਲਤ ਪਾਸੇ ਮੋੜ ਦਿੱਤਾ ਆਪਦੀਆਂ ਡਕੈਤੀਆਂ ਨਾਲ। ਇੱਕ ਪਾਸੇ ਉਸ ਪੁਲਿਸ ਨਾਲ ਮਿਲੇ ਹੋਏ ਸੀ, ਦੂਜੇ ਪਾਸੇ ਉਹਨਾਂ ਨੂੰ ਫੜਾਉਣ ਵਿੱਚ ਵੀ ਉਹਨਾਂ ਦਾ ਹਿੱਸਾ ਸੀ। ਇਸ ਕਰਕੇ ਇਹ ਲਹਿਰ ਜਿਹੜੀ ਸੀ ਜੋਸ਼ ਵਿੱਚ ਤਾਂ ਉੱਠੀ, ਲੇਕਿਨ ਇਹਨੂੰ ਹੋਸ਼ ਨਾਲ ਸੰਭਾਲਿਆ ਨਹੀਂ ਗਿਆ। ਤੁਸੀਂ ਲਹਿਰ ਉੱਠਦੀ ਵੀ ਦੇਖੀ ਹੈ ਅਤੇ ਲਹਿਰ ਖਤਮ ਹੁੰਦੀ ਵੀ ਦੇਖੀ ਹੈ, ਤੁਹਾਡੇ ਮੁਤਾਬਕ ਕੁਛ ਪ੍ਰਾਪਤੀ ਹੋਈ ਹੈ? ਨਹੀਂ, ਕੋਈ ਪ੍ਰਾਪਤੀ ਨਹੀਂ ਹੋਈ, ਅਸੀਂ ਪਿੱਛੇ ਗਏ ਹਾਂ। ਉਦੋਂ ਜੇ ਅਸੀਂ ਸੋਚ ਸਮਝ ਕੇ ਕੁਛ ਆਰਗਨਾਈਜੇਸ਼ਨ ਕਰਦੇ, ਉਹਨਾਂ ਨੂੰ ਤਾਲੀਮ ਦਿੰਦੇ ਅਤੇ ਸਟੱਡੀ ਸਰਕਲ ਦਿੰਦੇ ਤਾਂ ਸ਼ਾਇਦ ਕੁਛ ਹਾਸਲ ਹੁੰਦਾ, ਜਾਂ ਘੱਟੋ ਘੱਟ ਕੌਮ ਜੁੜ ਤਾਂ ਸਕਦੀ। ਕੌਮ ਹਾਲੇ ਤੱਕ ਵੀ ਜੁੜ ਨਹੀਂ ਸਕੀ, ਇੰਨੀ ਉਖੜੀ ਵੀ ਹੈ। ਔਰ ਇਹਦੇ ਆਗੂ ਜਿਹੜੇ ਹੈ ਕੋਈ ਸਿਆਣੀ ਲਾਈਨ ਲੈ ਕੇ ਅੱਗੇ ਨਹੀਂ ਆ ਸਕੇ, ਇਹ ਵੀ ਇੱਕ ਘਾਟੇ ਵਾਲੀ ਗੱਲ ਹੈ। ਔਰ ਜੇ ਕੋਈ ਸਿਆਣਾ ਬੰਦਾ ਸੀ ਉਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਰਹੇ ਹੈ, ਔਰ ਰੂੜ ਬੰਦੇ ਸੀ ਜਿਹੜੇ ਉਹਨਾਂ ਦੇ ਅੱਗੇ ਇਹ ਸਟਰਗਲ ਉਹਨਾਂ ਦੇ ਹੱਥ ਆਈ ਰਹੀ। ਜਿਵੇਂ ਤੁਸੀਂ ਦੱਸਿਆ ਵੀ ਅਸੀਂ ਕੌਮ ਪਿੱਛੇ ਹੀ ਲੈ ਕੇ ਗਏ, ਅੱਗੇ ਨਹੀਂ ਵਧੇ, ਜੇ ਨੁਕਸਾਨ ਹੋਇਆ ਤਾਂ ਕੀ ਹੋਇਆ? ਨੁਕਸਾਨ ਕੌਮ ਹੋਇਆ ਕਿ ਕੌਮ ਖਿਲਰ ਗਈ। ਕੌਮ ਨੇ ਥੋੜ੍ਹਾ ਬਹੁਤ ਜੇ ਕੋਈ ਆਸਰਾ ਹੁੰਦਾ ਤਾਂ ਬਾਹਰ ਨੂੰ ਨਾ ਭੱਜਦੀ, ਕੁਛ ਫੌਜ ਜਾਂਦੇ ਰਹੇ, ਕੁਝ ਜਿਹੜੇ ਬੰਦੇ ਸੀ ਬਾਹਰ ਕੈਨੇਡਾ ਵਗੈਰਾ 'ਚ ਨਿਕਲ ਗਏ, ਔਰ ਜਿਹੜੇ ਨਿਰਾਸ਼ ਹੋਏ ਬੰਦੇ ਉਹ ਵੀ ਬਾਹਰ ਨਿਕਲ ਗਏ, ਕਿਉਂਕਿ ਉਹਨਾਂ ਨੂੰ ਜੋ ਉਹਨਾਂ ਦੇ ਸਾਹਮਣੇ ਆਦਰਸ਼ ਸੀ ਉਹ ਪੂਰਾ ਨਾ ਹੋਇਆ ਔਰ ਉਹ ਦੇਸ਼ ਛੱਡ ਗਏ। ਬਾਪੂ ਜੀ, ਜਿਵੇਂ ਤੁਸੀਂ ਕਹਿੰਦੇ ਹੋ ਵੀ ਖਾੜਕੂ ਲਹਿਰ ਦਾ ਨਿਸ਼ਾਨਾ ਨਹੀਂ ਸੀ ਕੋਈ, ਜੇ ਨਿਸ਼ਾਨਾ ਨਹੀਂ ਸੀ ਕੋਈ ਫਿਰ ਪ੍ਰਾਪਤੀ ਕਾਹਦੇ ਲਈ, ਕਿਹੜੀ ਪ੍ਰਾਪਤੀ ਦੀ ਗੱਲ ਕਰਦੇ ਆ? ਗੱਲ ਤਾਂ ਇਹ ਹੈ ਵੀ ਉਹਨਾਂ ਦੇ ਮਗਰ ਕੋਈ ਸਿਆਣਪ ਖੜੀ ਹੋਵੇ, ਆਰਗਨਾਈਜੇਸ਼ਨ ਉਹਨੂੰ ਕੰਟਰੋਲ ਕਰਦੀ ਹੋਵੇ, ਹਦਾਇਤਾਂ ਦਿੰਦੀ ਹੋਵੇ, ਅਤੇ ਉਹ ਹਦਾਇਤਾਂ ਤੋਂ ਬਾਹਰ ਨਾ ਜਾਂਦੇ ਰਹਿਣ, ਅਤੇ ਤਾਂ ਤਾਂ ਗੱਲ ਬਣਦੀ। ਸਾਡੇ ਨਾ ਸਾਨੂੰ ਚੰਗੀ ਹਦਾਇਤਾਂ ਦੇਣ ਵਾਲੇ ਚੰਗੇ ਨੇ ਮਿਲੇ, ਅਤੇ ਨਾ ਤਾਂ ਉਹ ਲੜਨ ਵਾਲੇ ਜਿਹੜੇ ਸੀਗੇ ਉਹ ਸਿਆਣਪ ਕੀਤੀ ਉਹਨਾਂ ਨੇ ਉਹ। ਔਰ ਇਹ ਹੈ ਵੀ ਉਹ ਲੜਕੇ ਮਰ ਗਏ ਅਤੇ ਕੁਛ ਲੁਟੇਰੇ ਖੜ੍ਹੇ ਹੋ ਗਏ ਉਹਨਾਂ ਦੇ ਥਾਂ 'ਤੇ, ਲੁਟੇਰਿਆਂ ਨੇ ਆਪਣੇ ਹੱਥ ਰੰਗੇ, ਇਹ ਵੀ ਇੱਕ ਦਾਗ ਲੱਗ ਗਿਆ ਸਿੱਖੀ ਨੂੰ। ਜਿਵੇਂ ਆਪਾਂ ਜੇ ਖਾੜਕੂ ਲਹਿਰ ਦੀ ਗੱਲ ਕਰੀਏ ਕਿ ਖਾਲਿਸਤਾਨ ਉਹਨਾਂ ਦਾ ਮਿਸ਼ਨ ਸੀ, ਇਹ ਠੀਕ ਹੈ ਕਿ ਉਹਨਾਂ ਦਾ ਮਿਸ਼ਨ ਸੀ, ਲੇਕਿਨ ਉਹ ਐਡੀ ਵੱਡੀ ਸਲਤਨਤ 'ਚੋਂ ਇਹ ਕਿਵੇਂ ਪੈਦਾ ਕਰ ਸਕਦੇ ਸੀ? ਉੱਠ ਕੇ ਆਪ ਉੱਠ ਕੇ ਕਿਸੇ ਢਿਰ ਨਾਲ ਜੁੜੇ ਹੁੰਦੇ ਤਾਂ ਕੋਈ ਲਹਿਰ ਬਣਾਈ ਹੁੰਦੀ, ਕੋਈ ਲਹਿਰ ਦੇ ਨਿਸ਼ਾਨੇ ਰੱਖੇ ਹੁੰਦੇ, ਕੋਈ ਹਿਸਟਰੀ ਹੁੰਦੀ, ਕੋਈ ਤਾਰੀਖ ਲਿਖੀ ਹੁੰਦੀ, ਉਹ ਕੁਛ ਵੀ ਨਹੀਂ ਹੈ। ਲੇਕਿਨ ਜ਼ਬਾਨੀ ਬੋਲੇ ਸੋਨਿਆਲ ਦੇ ਨਾਰੇ ਜਿਹੜੇ ਸੀਗੇ ਉਹਨਾਂ ਨੇ ਮਰਵਾ ਕਰਤੇ। ਤੁਹਾਨੂੰ ਲੱਗਦਾ ਕਿ ਹੁਣ ਸਿੱਖਾਂ ਨੂੰ ਆਪਣੇ ਇੱਕ ਵੱਖਰੇ ਕੌਮੀ ਘਰ ਦੀ ਲੋੜ ਹੈ, ਖਾਲਿਸਤਾਨ ਦੀ ਜ਼ਰੂਰਤ ਹੈ? ਮੇਰਾ ਮਤਲਬ ਹੈ ਕਿ ਜੇ ਇਹ ਕਿਸੇ ਵੀ ਢੰਗ ਨਾਲ ਕੌਮੀ ਢੰਗ ਨਾਲ ਜੇ ਇਹਨੂੰ ਉੱਠਦੀ ਨਹੀਂ ਰੱਖਿਆ ਜਾਏਗਾ ਤਾਂ ਪਿਛਲਾ ਜਿਹੜਾ ਹੁਣ ਤੱਕ ਦੀਆਂ ਕੁਰਬਾਨੀਆਂ ਕੀਤੀਆਂ ਵੀ ਹੈ ਗੁਰੂਆਂ ਦੀਆਂ ਵੀ ਅਤੇ ਹੋਰ ਸਿੱਖੀ ਦੀਆਂ ਵੀ, ਉਹ ਸਾਰੀਆਂ ਹੀ ਤਾਰੀਖ 'ਚੋਂ ਨਸ਼ਟ ਹੋ ਜਾਣਗੀਆਂ। ਪਰ ਜਦੋਂ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ, ਮੈਂ ਤੁਹਾਡੀਆਂ ਲਿਖਤਾਂ ਪੜ੍ਹੀਆਂ ਨੇ ਦਰਸ਼ਕੋ, ਮੈਂ ਬਾਪੂ ਜਸਵੰਤ ਸਿੰਘ ਕੰਵਲ ਨੂੰ ਪੜ੍ਹਿਆ, ਬਚਪਨ ਤੋਂ ਲੈ ਕੇ ਹੁਣ ਤੱਕ ਪੜ੍ਹਦਾ ਆਇਆ ਮੈਂ, ਇਸ ਕਰਕੇ ਮੈਨੂੰ ਪਤਾ ਕਿ ਬਾਪੂ ਦੀ ਸੋਚ ਕਿੱਥੇ ਕਿਤੇ ਖੜ੍ਹਦੀ ਹੈ। ਇਹਨਾਂ ਨੇ ਜਦੋਂ ਖਾਲਿਸਤਾਨ ਦੀ ਗੱਲ ਕੀਤੀ ਤਾਂ ਅਕਸਰ ਇਹ ਬਲਦੇਵ ਸਿੰਘ ਨੂੰ ਲਾਹਨਤਾਂ ਪਾਉਂਦੇ ਹੈ। ਬਾਪੂ ਜੀ, ਜਦੋਂ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ, ਬਲਦੇਵ ਸਿੰਘ ਨੂੰ ਤੁਸੀਂ ਜ਼ਰੂਰ ਨਾਲ ਜ਼ਿਕਰ ਕਰਦੇ ਹੋ ਵੀ ਇਹਨੇ ਨੁਕਸਾਨ ਕੀਤਾ ਸਾਡੀ ਕੌਮ ਦਾ, ਹੈ ਨਾ? ਉਹਦੇ ਵਿੱਚ ਕੀ ਸਬੂਤ ਕੀ ਹੈ ਤੁਹਾਡੇ ਕੋਲ? ਬਲਦੇਵ ਸਿੰਘ ਜਿਹੜਾ ਮਿਨਿਸਟਰ ਰਿਹਾ, ਬਲਦੇਵ ਸਿੰਘ ਕੋਲ ਰਾਜਨੀਤਿਕ ਅਕਲ ਨਹੀਂ ਸੀ ਜਿੱਡਾ ਵੱਡਾ ਉਹਨੂੰ ਅਹੁਦਾ ਦਿੱਤਾ ਗਿਆ। ਉਹਨੂੰ ਇਕੱਲੇ ਨੂੰ ਅੱਡ ਸੱਦ ਕੇ ਜਦੋਂ ਮਿਸਟਰ ਜਨਾ ਅਤੇ ਨਹਿਰੂ ਅਤੇ ਇਹ ਬਲਦੇਵ ਸਿੰਘ ਆਜ਼ਾਦੀ ਲੈਣ ਗਏ ਆ ਇੰਗਲੈਂਡ, ਉਦੋਂ ਉੱਥੇ ਅੰਗਰੇਜ਼ਾਂ ਨੇ ਇਹਨੂੰ ਅੱਡ ਕਰਕੇ
कि तुसी साडा पिछली जंगा च बड़ी मदद कीती है ते असी तुहाडा नाम रखना चाहुंदे आ। तुसी इस तरह करके साडे नाल मिलो कि असी इत्थे थोड़े दोहां दे दरमियान एक 40% हिंदू 40% मुसलमान ते 20% सिख, तुसी 20% सिख उन्हां नूं ये जिहड़े 40% तुहाडे च होणगे हिंदू वो सिख बन जाणगे, ना सिख बनणगे तुहाडा साथ देणगे, लाहौर तुहाडी राजधानी होएगी। ये एक तुहाडे लई असी सोचदे आ ते तू जा इन्हां नाल जा, ना दो दिन ठहर के जा। असी इस करके कि तुसीं दो जंगां च साडी इन्नी मदद कीती है कि असी वो थोड़ा देन देना चाहुंदे आ, तुसीं उहदे कुर्बानियां कीतियां। जो ये गल लैके ये आ गया, ये गल पुछ ली इहने, नेहरू ने भी तेरे नाल की गल कीती, इन्हें सारा कुछ दसता, इन्हें दसता। उन्हें कहा भी जे इन्हां दी सिखां दी इक राजधानी बन गई इत्थे ए राज, ते साडा तां कश्मीर भी गया, वो भी नहीं रहना जी। उस तो बाद उन्हें फिर एक दिता लालच, भाई तू इन्हां तो की मंगदा, तू जो चाहना तेनू असी देंगे, मैं देऊंगा। हाँ, नेहरू ने ये गल करके वादा पक्का ते इन्हू नाल ही चढ़ा लिया। ते ओ अंग्रेज कहिंदे दसो असी की करिए, असी इन्हां नूं कौमी तौर ते कायम रखना चाहुंदे सी, ये खत्म होण दे राह पै गए। अच्छा, जिहड़े जिहड़े मिनिस्टर सी अंग्रेज सियाणे, उन्होंने अफसोस मन्निया कि ये नाल क्यों चला गया, साढ़े ना इकरार करके दो दिन ठहर के जाना सी इहने, ते असी इहदे लई एक राजधानी दे रहे सी। ਕੀ ਤੁਹਾਨੂੰ ਲੱਗਦਾ ਸੀ ਕਿ ਉਹ ਸਾਡਾ ਪੂਰਨ ਰੂਪ ਦੇ ਵਿੱਚ ਖਾਲਿਸਤਾਨ ਹੋਣਾ ਸੀ? ਗੱਲ ਇਹ ਹੈ ਵੀ ਜੇ ਉਹ ਖਾਲਿਸਤਾਨ ਬਣ ਜਾਂਦਾ ਤੇ ਹਾਲਾਤ ਹੀ ਹੋਰ ਹੋਣੇ ਸੀ। ਇਹ ਜਿਹੜੇ ਖਾਲਿਸਤਾਨ 'ਚ ਆ ਗਏ ਹਿੰਦੂ, ਉਹ ਸਾਰੇ ਸਿੱਖ ਹੋ ਜਾਣੇ ਸੀ। ਪਰ ਬਾਪੂ ਜੀ, ਜੇ ਖਾਲਿਸਤਾਨ ਹੁਣ ਵੀ ਬਣ ਜਾਂਦਾ ਹੈ ਤਾਂ ਇਹਦੀ ਅਗਵਾਈ ਕੌਣ ਕਰੇਗਾ? ਹੁਣ ਬਣ ਹੀ ਨਹੀਂ ਸਕਦਾ, ਤੁਸੀਂ ਐਵੇਂ ਕਿਵੇਂ ਹਵਾਈ 'ਚ ਗੱਲਾਂ ਕਰਦੇ ਹੋ, ਕੋਈ ਆਸਾਰ ਦੱਸੋ ਕਿ ਕਿਸ ਢੰਗ ਨਾਲ ਇਹ ਬਣ ਸਕਦਾ ਜੀ, ਕਿਹਦੇ ਆਸਰੇ ਬਣ ਸਕਦਾ ਇਹਦੇ, ਇਹਨੂੰ ਬਣਾਉਣ ਵਾਲਾ ਕੌਣ ਆ? ਕੋਈ ਬੰਦਾ ਨਹੀਂ। ਅਤੇ ਜਿਹੜੇ ਉੱਚੀ ਉੱਚੀ ਕਹਿੰਦੇ ਖਾਲਿਸਤਾਨ ਜਿੰਦਾਬਾਦ, ਉਹ ਕੌਣ ਨੇ? ਉਹ ਰੋਟੀਆਂ ਖਾਣ ਵਾਲੇ ਬੰਦੇ ਨੇ, ਹੋਰ ਕੋਈ ਗੱਲ ਨਹੀਂ। ਬਾਪੂ ਜੀ, ਜਿਵੇਂ ਆਪਾਂ ਗੱਲ ਕਰੀਏ, ਜਿਵੇਂ ਤੁਸੀਂ ਦੱਸਿਆ ਵੀ ਖਾਲਿਸਤਾਨ ਉਦੋਂ ਬਣ ਸਕਦਾ ਸੀ ਜਦੋਂ ਅੰਗਰੇਜ਼ ਨੇ ਬਲਦੇਵ ਸਿੰਘ ਨੂੰ ਕਿਹਾ ਕਿ ਤੂੰ ਦੋ ਦਿਨ ਲੇਟ ਹੋ ਜਾ, ਅਸੀਂ ਤੁਹਾਨੂੰ ਦੇ ਦਿੰਦੇ ਹਾਂ। ਹੁਣ ਤੁਸੀਂ ਦੱਸਿਆ ਵੀ ਹੁਣ ਦੇ ਜਿਹੜੇ ਆਸਾਰ ਨੇ ਉਹ ਲੱਗਦਾ ਕਿ ਨਹੀਂ, ਪਰ ਸਰਦਾਰ ਸਿਮਰਨਜੀਤ ਸਿੰਘ ਮਾਨਖੋਰੀ ਉਹ ਖਾਲਿਸਤਾਨ ਜਿੰਦਾਬਾਦ ਅਤੇ ਉਹ ਕਹਿੰਦੇ ਨੇ ਕਿ ਖਾਲਿਸਤਾਨ ਬਣਾਉਣਾ ਆ, ਖਾਲਿਸਤਾਨ ਇੰਝ ਬਣੇਗਾ, ਤੁਹਾਡੇ ਕੀ ਵਿਚਾਰ ਨੇ? ਬਈ ਇਹ ਵਿਚਾਰ ਸਿਰਫ਼ ਲੋਕਾਂ 'ਚੋਂ ਸੱਚੇ ਰਹਿਣ ਦੀ ਗੱਲ ਕਰਦੇ ਆ ਅਤੇ ਲੋਕ ਹਾਲੇ ਇਤਬਾਰ ਕਰੀ ਜਾਂਦੇ ਆ। ਲੋਕਾਂ ਨੂੰ ਇਤਬਾਰ ਕਰਨ ਲਈ ਬੰਦੇ ਚਾਹੀਦੇ ਆ, ਲੇਕਿਨ ਹਾਲਾਤ ਜਿਹੜੇ ਆ ਉਹ ਇਸ ਗੱਲ ਲਈ ਨਹੀਂ ਆ ਰਹੇ ਖੜੇ। ਵੀ ਤੁਹਾਨੂੰ ਇਹ ਲੱਗਦਾ ਵੀ ਖਾਲਿਸਤਾਨ ਦਾ ਸੁਪਨਾ ਸਰਦਾਰ ਸਿਮਰਨਜੀਤ ਸਿੰਘ ਮਾਨ ਕੋਲੋਂ ਪੂਰਾ ਨਹੀਂ ਹੋ ਸਕਦਾ? ਕਿਸੇ ਤੋਂ ਵੀ ਨਹੀਂ ਹੋ ਸਕਦਾ, ਇਹ ਵੀ ਗੱਲ ਛੱਡ ਦਿਓ। ਪਰ ਤੁਸੀਂ ਜਿਹੜੀ ਕਿਤਾਬ ਲਿਖੀ ਹੈ ਆਪਣਾ ਕੌਮੀ ਘਰ, ਉਹਦੇ ਵਿੱਚ ਤੁਸੀਂ ਕੀ ਦੱਸਣਾ ਚਾਹੁੰਦੇ ਹੋ? ਮੈਂ ਇਹ ਦੱਸਿਆ ਕਿ ਕੌਮੀ ਘਰ ਵਿੱਚ ਇਸ ਤਰ੍ਹਾਂ ਦਾ ਏਰੀਆ ਇੰਨਾ ਕੁ ਹੋ ਜਾਵੇ ਜਿਹਦੇ 'ਚ ਸਿੱਖ ਲੋਕ ਜਿਉਂਦੇ ਰਹਿ ਸਕਣ, ਇਹ ਆਪਦਾ ਆਪ ਬਦਲ ਨਾ, ਇਹ ਹਿੰਦੂ ਵੀ ਹੋ ਸਕਦਾ, ਇਹ ਹਿੰਦੂ ਹੋਰ ਕੁਛ ਵੀ ਹੋ ਸਕਦੇ ਆ, ਲਾਲਚ ਬੁਰੀ ਬਲਾ ਹੈ। ਇਹ ਗੱਲਾਂ ਹਾਲੇ ਦੂਰ ਦੀਆਂ ਨੇ, ਅਸੀਂ ਪ੍ਰਾਪਤੀ ਵੱਲ ਨੇੜੇ ਜਾਣ ਨਾਲੋਂ ਦੂਰ ਤਾਂ ਹੁੰਦੇ ਜਾ ਰਹੇ ਹਾਂ, ਪ੍ਰਾਪਤੀ ਲੈਣ ਵਾਲੇ ਨੇੜੇ ਨਹੀਂ ਜਾ ਰਹੇ, ਕੋਈ ਤਾਂ ਕੋਈ ਹਾਲਾਤ ਹੀ ਨਹੀਂ ਬਣ ਰਹੇ। ਅਸੀਂ ਬਾਹਰਲੇ ਸਿੱਖਾਂ ਨਾਲ ਵੀ ਅਜੇ ਇੱਕ ਨਹੀਂ ਹੋ ਸਕਦੇ, ਹੋ ਰਹੇ, ਉਹ ਮਜਬੂਰੀ ਮੂੰਹ ਬਾਹਰ ਗਏ ਹੈ, ਲੇਕਿਨ ਉੱਥੇ ਉਹਨਾਂ ਨੇ ਆਪਦੀ ਇੱਕ ਆਵਾਜ਼ ਬਣਾ ਲਈ ਹੈ। ਉਹ ਆਵਾਜ਼ ਜਿਹੜੀ ਹੈ ਪੰਜਾਬ ਦੇ ਹਿੱਤਾਂ 'ਚ ਆਵੇ, ਵਰਤੀ ਜਾਵੇ ਤਾਂ ਇੱਕ ਬਹੁਤ ਚੰਗੀ ਗੱਲ ਹੈ, ਪਰ ਜੇ ਸਾਡੇ ਆਗੂ ਉਸ ਆਵਾਜ਼ ਨੂੰ ਆਪਣੇ ਨਾਲ ਜੋੜਨਾ ਹੀ ਨਾ ਸਮਝਣ ਤਾਂ ਫਿਰ ਹੋਰ ਕਿਸਮਤ ਕੀ ਕਰ ਸਕਦੇ।
ਪਰ ਜਿਹੜਾ ਬਾਹਰ ਆਮ ਕਰਕੇ ਗੁਰਦੁਆਰਿਆਂ ਦੇ ਵਿੱਚ ਖਾਲਿਸਤਾਨ ਜਿੰਦਾਬਾਦ ਝੰਡੇ ਵੀ ਸਭ ਕੁਛ ਕਿਹਾ ਜਾਂਦਾ ਵੀ ਆਪਾਂ ਬਣਾਵਾਂਗੇ, ਕਿ ਉਹ ਲੋਕ ਖਾਲਿਸਤਾਨ ਦੀ ਜਿਹੜੇ ਮੰਗ ਕਰਦੇ ਨੇ ਖਾਲਿਸਤਾਨ ਬਣਾ ਲੈਣਗੇ? ਉਹ ਲੋਕਾਂ ਨੂੰ ਧੋਖਾ ਦੇ ਰਹੇ ਹੈ। ਕਾਰਨ ਕੀ ਹੈ? ਪ੍ਰਪੋਜ਼ਲ ਨਹੀਂ ਹੈ ਜਾਂ ਕੀ ਚੱਕਰ? ਦੀ ਲੀਡਰੀ ਕਾਇਮ ਰੱਖਣਾ ਚਾਹੁੰਦੇ ਆ, ਸਰਦਾਰ ਅਸੀਂ ਬਣੇ ਰਹੀਏ ਤੇ ਹੇਠਾਂ ਪਬਲਿਕ ਮਿਹਨਤੀ ਹੈ, ਉਹਦੇ ਕੋਲ ਇੰਨਾ ਵਕਤ ਨਹੀਂ ਪਬਲਿਕ ਕੋਲ ਕਿ ਉਹਨਾਂ ਨੂੰ ਕਹਿਣ ਤੁਸੀਂ ਹਿਸਾਬ ਦਿਓ ਇਹ ਕੀ ਕਹਿੰਦੇ, ਕੱਲ੍ਹ ਕੀ ਕਹਿੰਦੇ ਸੀ, ਅੱਜ ਕੀ ਕਹਿੰਦੇ। ਜਦੋਂ ਡਾਕਟਰ ਭੀਮ ਰਾਓ ਅੰਬੇਦਕਰ ਸਿੱਖ ਬਣਨ ਦੇ ਲਈ ਆਏ ਸੀ ਅਤੇ ਅੰਮ੍ਰਿਤਸਰ ਦੀ ਧਰਤੀ 'ਤੇ ਮੀਟਿੰਗ ਹੋਈ, ਜੇ ਕਿਤੇ ਉਦੋਂ ਸਾਡੇ ਆਗੂ ਸਹੀ ਫੈਸਲਾ ਲੈ ਲੈਂਦੇ, ਤੁਹਾਨੂੰ ਲੱਗਦਾ ਕਿ ਅਸੀਂ ਕੁਝ ਖੱਟ ਜਾਂਦੇ? ਬਹੁਤ ਕੁਛ ਖੱਟ ਜਾਂਦਾ, ਬਹੁਤ ਖੱਟ ਜਾਂਦਾ। ਉਦੋਂ ਵੀ ਸਾਡੇ ਆਗੂ ਜਿਹੜੇ ਸੀ ਨਿਕੰਮੇ ਬੰਦੇ ਸੀ, ਸਾਨੂੰ ਤਾਂ ਆਗੂਆਂ ਨੇ ਹੀ ਮਾਰਿਆ ਜੀ। ਕੌਮ ਅਜੇ ਚਾਹੁੰਦੀ ਹੈ, ਕੌਮ ਨੂੰ ਅਜੇ ਜਜ਼ਬਾ ਉੱਠ, ਜਦੋਂ ਤੁਸੀਂ ਨਾਰਾ ਦਿਓ ਤਾਂ ਕੌਮ ਦਾ ਜਜ਼ਬਾ ਉੱਠਦਾ ਹੈ, ਲੇਕਿਨ ਆਗੂ ਜਿਹੜੇ ਆ ਉਹਨੂੰ ਗਾਂਹ ਚਲਾਉਣ ਵਾਲੇ ਆ ਉਹ ਅਨਾੜੀ ਨੇ। ਨਹੀਂ, ਅੰਬੇਦਕਰ ਜੀ ਦੇ ਆਉਣ ਦੇ ਨਾਲ ਸਾਡਾ ਆਪਣੇ ਕੌਮੀ ਘਰ ਵਾਲਾ ਸੁਪਨਾ ਪੂਰਾ ਹੋ ਜਾਂਦਾ? ਬਹੁਤ ਵੱਡਾ, ਜੇ ਉਹਨੂੰ ਇਹ ਆਪਣੇ ਨਾਲ ਜੋੜ ਲੈਂਦੇ ਤਾਂ ਸਾਰੀਆਂ ਸਟੇਟਾਂ ਵਿੱਚ ਸਾਡਾ ਨਾਂ ਹੋ ਜਾਂਦਾ। ਪਰ ਉਹਨੂੰ ਨਾਂ ਜੋੜਨ ਦਾ ਕਾਰਨ ਕੀ ਸੀ ਇਹਨਾਂ ਦਾ? ਨਾਂ ਜੋੜਨ ਦਾ ਗੱਲ ਇਹ ਹੈ ਵੀ ਉਹ ਲੀਡਰ ਉਹ ਬਣਦਾ ਸੀ, ਇਹਨਾਂ ਕੋਲੋਂ ਲੀਡਰੀ ਖੁੱਸਦੀ ਸੀ। ਤੁਸੀਂ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਮਿਲੇ ਹੋ? ਨਹੀਂ। ਉਹਨਾਂ ਦੀ ਵਿਚਾਰਧਾਰਾ ਤੋਂ ਕਿੰਨੇ ਕੁ ਪ੍ਰਭਾਵਿਤ ਹੋ? ਮੈਂ ਵਿਚਾਰਧਾਰਾ ਕਿ ਇਹਨਾਂ ਨਾਲੋਂ ਸਾਰਿਆਂ ਨਾਲੋਂ ਸਿਆਣਾ ਸੀ ਉਹ ਆਪਣੀ ਕੌਮ ਲਈ। ਅੱਛਾ, ਵੀ ਜੇ ਉਹ ਸਿੱਖੀ ਦੇ ਵਿੱਚ ਆ ਜਾਂਦੇ ਆਪਣੀ ਕੌਮ ਤਰੱਕੀ ਕਰਦੀ? ਕਰਦੀ, ਸਿੱਖੀ ਹੁੰਦੀ, ਇਹਦਾ ਨਾਂ ਹੁੰਦਾ ਪੰਜਾਬ 'ਚ, ਸਾਰੇ ਹਿੰਦੁਸਤਾਨ 'ਚ, ਸਾਰੇ ਹਿੰਦੁਸਤਾਨ 'ਚ ਝੰਡਾ ਚੱਲਦਾ। ਹੁਣ ਪੰਜਾਬ 'ਚ ਵੀ ਨਹੀਂ, ਕਿੰਨਾ ਫਰਕ ਪੈ ਗਿਆ। ਪੰਜਾਬ 'ਚ ਵੀ ਗੱਠਜੋੜ ਕਰਕੇ ਗਾਂਢੇ ਤੋਪੇ ਲਾ ਕੇ ਸਰਕਾਰ ਬਣਾਉਣੀ ਪੈਂਦੀ ਹੈ? ਇਹ ਫਾਲਤੂ ਹੈ, ਚੱਲਦੀ ਸੈਂਟਰ ਦੀ ਹੈ। ਇਹਨਾਂ 'ਚ ਥੋੜ੍ਹਾ ਜਿਹਾ ਸਿਆਣਾ ਬੰਦਾ ਆਇਆ ਸੀ, ਉਹਨੂੰ ਜਗਰਾਉਂ 'ਚ ਅਲਾਟ ਹੋਈ ਸੀ ਜ਼ਮੀਨ, ਉਹ ਬੰਦਾ ICS ਡਿਪਟੀ ਕਮਿਸ਼ਨਰ ਹੁੰਦਾ ਸੀ ਲਾਹੌਰ, ਉਹਦੀ ਅਣਬਣ ਹੋ ਗਈ ਸੀ। ਇਹ ਆ ਜਿਹੜਾ ਜਗਤ ਨਰਾਇਣ ਹੈ, ਇਹਨੂੰ ਅੰਦਰ ਦੇ ਦਿੱਤਾ ਸੀ ਉਹਨੇ, ਇਸ ਤੋਂ ਗੱਲ ਵਿਗੜੀ ਸੀ। ਉਹਨੂੰ ਨਹਿਰੂ ਨੇ ਵੀ ਮਨਾਇਆ DC ਨੂੰ ਵੀ ਤੂੰ ਇਹ ਗੱਲ ਇਸ ਤਰ੍ਹਾਂ ਲੈ, ਉਹ ਤਾਂ ਜੀ ਮੈਂ ਇਹ ਨਹੀਂ ਕਰ ਸਕਦਾ, ਮੈਂ ਕੌਮ ਨਾਲ ਗੱਦਾਰੀ ਨਹੀਂ ਕਰ ਸਕਦਾ। ਉਹ ਫਿਰ ਬਣ ਨਹੀਂ ਸਕਿਆ ਜੇ ਮੁੜ ਕੇ, ਅਤੇ ਨਹੀਂ ਉਹਨੇ ਬੰਦੇ ਨੇ, ਉਹ ਇਕੱਲਾ ਬੰਦਾ ਸੀ ਜਿਹੜਾ ਅੜਿਆ ਔਰ ਲੜਿਆ। ਉਹਨੇ ਫਿਰ ਜਿਹੜੀ ਤਜਵੀਜ਼ ਦਿੱਤੀ ਇਹਨੇ ਬਣਾ ਕੇ, ਉਹਦੇ ਵਿੱਚ ਵੀ ਉਹਨੇ ਕਿਹਾ ਕਿ ਸਿੱਖੀ ਤਾਂ ਵੱਜਦੀ ਹੈ ਜੇ ਸਿੱਖੀ ਆਪਣੇ ਤੌਰ 'ਤੇ ਖੜ੍ਹੀ ਰਹਿ ਸਕੇ, ਅਤੇ ਨਹੀਂ ਸਿੱਖੀ ਨਹੀਂ ਵੱਜਦੀ। ਉਹ ਮਰ ਗਿਆ, ਰੌਲਾ ਮੁੱਕ ਗਿਆ ਜੇ। ਇਹਦੇ ਨਾਲ ਜਿਹੜੇ ਹੁਣ ਉੱਥੇ ਸਮਝੌਤੇ ਕਰਨ ਵਾਲੇ ਸੀਗੇ ਉਹ ਸਾਰੇ ਆਗੂ ਤੁਰੇ ਫਿਰਦੇ ਹੈਗੇ ਆ, ਉਹ ਸਾਰੇ ਸਮਝੌਤਾ ਵਾਧੂ ਬੰਦੇ ਹੈਗੇ ਆ। ਜੇ ਮੈਂ ਤੁਹਾਨੂੰ ਪੁੱਛਾਂ ਕਿ ਤੁਹਾਡੀ ਮੰਗ ਖਾਲਿਸਤਾਨ ਹੈ ਤਾਂ ਤੁਸੀਂ ਕੀ ਜਵਾਬ ਦਿਓਗੇ? ਮੇਰੀ ਇਸ ਹਾਲਾਤ ਬਿਲਕੁਲ ਨਹੀਂ ਹੈ। ਕਿਸੇ ਵੇਲੇ ਤੁਹਾਡੀ ਮੰਗ ਸੀ? ਮੇਰੇ ਕਿਸੇ ਵੇਲੇ ਇਹ ਮੰਗ ਸੀ ਉਦੋਂ ਪਹਿਲਾਂ ਕਿ ਅਸੀਂ ਪੰਜਾਬ ਇੱਥੇ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਦਰਮਿਆਨ ਇੱਕ ਸਟੇਟ ਇਹੋ ਜਿਹੀ ਬਣਾ ਲਈਏ ਕਿ ਜਿਹਦਾ ਅਹਿਸਾਸ ਰਹੇ, ਜਿਹਦੇ 'ਤੇ ਸਿੱਖੀ ਖੜ੍ਹੀ ਰਹੇ, ਅਤੇ ਉਹ ਹੁਣ ਨਾਮ ਨਹੀਂ ਰਿਹਾ, ਗੱਲ ਖਤਮ ਰਹਿ ਗਈ। ਪਹਿਲਾਂ ਤੁਹਾਡੀ ਮੰਗ ਸੀ ਵੀ ਖਾਲਿਸਤਾਨ ਬਣਾਈਏ, ਹੁਣ ਤੁਹਾਡੀ ਮੰਗ ਹੈ ਵੀ ਨਹੀਂ, ਇਹਦਾ ਕਾਰਨ ਕੀ, ਵਿਚਾਰ ਬਦਲ ਕਿਉਂ ਗਏ? ਹੁਣ ਬਣਦਾ ਹੋਵੇ, ਹਾਲਾਤ ਹੋਣ ਤਾਂ ਮੈਂ ਪਹਿਲਾਂ ਤਾਂ ਮਰਨ ਨੂੰ ਤਿਆਰ ਹਾਂ, ਮੇਰੇ ਵਰਗੇ ਹੋਰ ਬਥੇਰੇ ਮਰਨ ਨੂੰ ਤਿਆਰ ਹਾਂ, ਪਰ ਹਾਲਾਤ ਹੀ ਨਹੀਂ ਵਫਾ ਕਰਦੇ। ਜੇ ਬਾਪੂ ਜੀ ਸ੍ਰੀ ਲੰਕਾ ਅੱਡ ਹੋ ਸਕਦਾ ਆ, ਪਾਕਿਸਤਾਨ ਅੱਡ ਹੋ ਸਕਦਾ ਆ, ਬੰਗਲਾਦੇਸ਼ ਅੱਡ ਹੋ ਸਕਦਾ ਆ, ਅਤੇ ਆਪਣੀ ਇੱਕ ਵੱਖਰੀ ਹੋਂਦ ਬਣ ਸਕਦੀ, ਤਾਂ ਖਾਲਿਸਤਾਨ ਕਿਉਂ ਨਹੀਂ ਬਣ ਸਕਦਾ? ਰੁਕਾਵਟ ਕਿੱਥੇ ਹੈ? ਹੁਣ ਤਾਂ ਹੀ ਸਾਨੂੰ ਆਗੂ ਨਹੀਂ ਸਿਆਣਾ ਮਿਲਿਆ। ਤੁਸੀਂ ਬਾਬਾ ਜਰਨੈਲ ਸਿੰਘ ਦੀ ਜਦੋਂ ਗੱਲ ਕਰਦੇ ਹੋ ਤੁਸੀਂ ਕਹਿੰਦੇ ਹੋ ਕਿ ਮੈਨੂੰ ਲੱਗਦਾ ਕਿ ਕੌਮ ਨੂੰ ਅਜੇ ਬਾਬਾ ਜਰਨੈਲ ਸਿੰਘ ਦੀ ਲੋੜ ਸੀ, ਵੀ ਉਹ ਕੌਮ ਨੂੰ ਇਕੱਠੀਆਂ ਕਰ ਸਕਦੇ ਸੀ, ਇਹਦਾ ਮਤਲਬ ਲੀਡਰੀ ਵਾਲੇ ਜਾਂ ਇੱਕ ਵਧੀਆ ਆਗੂ ਵਾਲੇ ਤਾਂ ਗੁਣ ਉਹਨਾਂ ਵਿੱਚ ਸਨ? ਗੱਲ ਇਹ ਹੈ ਬਈ ਜਿਸ ਭਾਗ ਸਿੱਖ ਕੌਮ ਪੈ ਗਈ ਹੈ, ਇਹਦਾ ਹੁਣ ਲੀਡਰ ਬਣਨਾ ਵੀ ਬਹੁਤ ਔਖੀ ਗੱਲ ਹੈ। ਇੱਕ
इन्नी पिछा करती है, इन्ने विचारा साडो अड इन्हों धक्क दिता गया कि ये लीडर कढ़ना औखा बड़ा बहुत औखा। पर सरदार कपूर सिंह वर्गे विद्वान आए सन, यह पुराना बंदा सी, इन्हें ही अंदर दिते सी ना यह हिंद समाचार वाले, इस तों ही गल बिगड़ी सी, फिर यह रौला गां होर वध गया, वह जाके इहदे पैरी पै गए नहरू दे, ते नहरू ने इहनूं सद्या वी तू इन्हां नाल सुलह कर ला ते मैं तैनूं बहाल कर दिंदा, वह तो मैं ये नहीं कर, उन्हें अणख रखी आता मैं जो किया राइट किया जे गलत किया तो दसो, इस गल का जवाब नहरू को भी नहीं सी, उसे नहरू चुप कर गया, उन्हें फिर गल दबी रखी तो ये लाया रहा। बापू जी तुहाडा दिल दीआं गहराइयां तो धन्नवाद, साढ़े देश विदेश के दर्शकों के नाल तुसीं सांझ पाई है। सो दर्शको गल चलती सी खालिस्तान की, तो बापू जी ने अपने ढंग दे विच क्योंकि कुछ इंसान के निजी विचार होंदे ने, अपने निजी विचारां दे राही कौम नूं दसण दा यतन कीता है, तो बापू जी ने खालिस्तान की मंग नूं ठुकराया नहीं। वह कहिंदे जिद्दन मैनूं लगेगा कि कौम की अगवाई करन वाले चंगे आए ने तो सब तो पहले शहीद भी मैं होवांगा, पर कहिंदे कि हुण मैनूं आसार लगदे नहीं पए, इस करके बापू जी कहिंदे ने कि मेरी मंग खालिस्तान नहीं है, पर उन्होंने यह भी नहीं कहा कि मैं खालिस्तान चाहुंदा नहीं हां। वह कहिंदे जे किते कौम की अगवाई करन वाले या इंसान या कितने मैनू लगेगा कि कौम का दर्द रखन वाले या कोई आसार लगनगे भी खालिस्तान बनता है, तो बापू जी कहते कि मैं आप शहादत देने को तैयार हाँ। आओ दर्शको हुण इत्थे ही आपां समाप्ति करिए, क्योंकि बापू जी बिरद भी ने, मैं पहला भी दस चुका वा, कोशिश करते हैं कि बापू जी नाल होर भी दिल दीआं गल्लां करांगे, पर थोड़ा जिहा बापू जी नूं रैसट दवा लईए, अगले एपीसोड दे विच बापू जी दे नाल फिर दिल दीआं गल्लां करांगे। वाहिगुरू जी का खालसा, वाहिगुरू जी की फतह। सियाने कहिंदे ने मनुख बोलियां ते अतर खोलियां प्रगट हो जांदे ने, जदों अतर दी शीशी नूं कोई खोलदा ते पता लग जांदा कि इहदे विच किहड़ी खुशबू है, इसे तरह जदों कोई मनुख चुप हुंदा शायद पता नहीं लगदा, पर जदों उह बोलदा तां प्रगट हो जांदा कि उह किस तल दे उपर जी रिहा है। बड़ा प्यारा किसे ने लिखिआ, कहिंदा सिर्फ उदों बोलो ਜਦੋਂ ਤੁਹਾਡੇ ਸ਼ਬਦ ਤੁਹਾਡੀ ਚੁੱਪ ਤੋਂ ਜ਼ਿਆਦਾ ਸੁੰਦਰ ਹੁੰਦੇ। ਮਨੁੱਖ ਬੋਲਿਆਂ ਅਤੇ ਅਤਰ ਖੋਲਿਆਂ ਅਕਸਰ ਪ੍ਰਗਟ ਹੋ ਜਾਂਦੇ ਨੇ। ਇਸ ਬਾਪੂ ਦੀ ਮਿੱਠੀ ਜਿਹੀ ਸ਼ਖਸੀਅਤ ਨੂੰ ਦੇਖ ਕੇ, ਮਿੱਠ ਬੋਲੜੇ ਸੁਭਾਅ ਨੂੰ ਦੇਖ ਕੇ ਇੰਝ ਮਹਿਸੂਸ ਹੋਣ ਲੱਗ ਪਿਆ ਜਿਵੇਂ ਕਿਸੇ ਵਿਦਵਾਨ ਨੇ ਕਿਹਾ, ਕਹਿੰਦਾ ਗਿਆਨ ਦਾ ਹੰਕਾਰ ਹਰ ਕਿਸੇ ਨੂੰ ਹੋ ਜਾਂਦਾ ਹੈ, ਪਰ ਆਪਣੇ ਹੰਕਾਰ ਦਾ ਗਿਆਨ ਇਹ ਕਿਸੇ ਕਿਸੇ ਨੂੰ ਹੁੰਦਾ ਹੈ। असल दे विच विद्वान वह हुंदा है जिसनों अपने हंकार का ज्ञान हो जाए। चार अक्षरां दा हंकार हर किसी नूं हो जाता है। असल विच ज्ञानी भी वह हुंदा है, विद्वान भी वह हुंदा है जिसनों अपने हंकार का ज्ञान हो जाए। अकाल चैनल नूं सबस्क्राइब करो, नवी वीडियोस दी नोटिफिकेशन दे लई बैल आइकन नूं क्लिक करना ना भुलना।